ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਜੁਲਾਈ ਦੇ ਵਿੱਚ ਵਧੇਗਾ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਪੱਤਾ ਤਨਖਾਹ ਦੇ ਵਿੱਚ ਹੋਵੇਗਾ 27312 ਰੁਪਏ ਦਾ ਵਾਅਦਾ ਤਾਂ ਦੋਸਤੋ ਸਰਕਾਰ ਨੇ ਮਾਰਚ ਦੇ ਵਿੱਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਪੱਤੇ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਸੀ ਸਰਕਾਰ ਨੇ ਡੀਏ ਦੇ ਵਾਅਦੇ ਨੂੰ 1 ਜਨਵਰੀ ਤੋਂ ਲਾਗੂ ਕਰਨ ਦੀ ਗੱਲ ਕੀਤੀ ਸੀ ਪਰ ਵਿੱਤ ਮੰਤਰਾਲੇ ਨੇ ਅਪ੍ਰੈਲ ਦੀ ਤਨਖਾਹ ਦੇ ਨਾਲ 3 ਮਹੀਨਿਆਂ ਦਾ ਬਕਾਇਆ ਦੇਣ ਦੀ ਗੱਲ ਕੀਤੀ ਹੈ ਹੁਣ ਜੁਲਾਈ ਦੇ ਵਿੱਚ ਇੱਕ ਵਾਰ ਫਿਰ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਪੱਤਾ ਵਧਣ ਦੀ ਅਮੀਦ ਹੈ ਮਾਰਚ ਦੇ ਵਿੱਚ ਆਏ 올 ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਤੋਂ ਸਪਸ਼ਟ ਹੋਇਆ ਹੈ ਕਿ ਜੁਲਾਈ ਅਗਸਤ ਦੇ ਵਿੱਚ ਮਹਿੰਗਾਈ ਪੱਤੇ ਦੇ ਅੰਦਰ 4% ਦੀ ਦਰ ਨਾਲ ਵਾਧਾ ਹੋਵੇਗਾ ਅਗਲੀ ਖਬਰ ਹੈ April ਦੇ ਵਿੱਚ ਅਸਮਾਨ ਤੋਂ ਪੈ ਰਹੇ ਅੰਗਾਰਿਆਂ ਤੇ ਮਈ ਚ ਮਿਲੇਗੀ ਰਾਹਤ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਵੈਸਟਰਨ ਡਿਸਟਰਬੈਂਸ 13 ਮਈ ਤੋਂ ਅੱਗੇ ਵੱਧ ਰਿਹਾ ਹੈ ਜਿਸ ਕਾਰਨ ਮਈ ਨਹੀਂ ਪਵੇਗਾ ਪਰ ਦਿੱਲੀ ਪੰਜਾਬ ਅਤੇ ਹਰਿਆਣਾ ਵਿੱਚ ਤਾਪਮਾਨ ਕੰਟਰੋਲ ਦੇ ਵਿੱਚ ਰਹੇਗਾ ਇੱਕ ਹੋਰ ਵੈਸਟਰਨ ਡਿਸਟਰਬੈਂਸ 18 ਮਈ ਦੇ ਆਸ-ਪਾਸ ਅੱਗੇ ਵਧਣ ਦੇ ਲਈ ਤਿਆਰ ਹੈ ਜਿਸ ਕਾਰਨ ਮਈ ਮਹੀਨੇ ਵਿੱਚ ਅਪ੍ਰੈਲ ਵਰਗੀ ਸਥਿਤੀ ਦੀ ਉਮੀਦ ਨਹੀਂ ਆ ਅਗਲੀ ਖਬਰ ਹੈ ਪਟਿਆਲਾ ਹਿੰਸਾ ਦੇ ਮਲਜ਼ਮ ਵਰਜਿੰਦਰ ਪਰਵਾਨਾ ਤੇ ਹਰੀਸ਼ ਸਿੰਘਲਾ ਨੂੰ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਤਾ ਦੋਸਤੋ ਪਟਿਆਲਾ ਹਿੰਸਾ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਮੁੱਖ ਮਲਜ਼ਮ ਵਜੋਂ ਨਾਮਜਾਤ ਬਰਜਿੰਦਰ ਸਿੰਘ ਪਰਵਾਨਾ ਤੇ ਹਰੀਸ਼ ਸਿੰਘਲਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਪਰਵਾਨਾ ਤੇ ਸਿੰਘਲਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਤੇ ਇਸ ਤੋਂ ਪਹਿਲਾਂ ਪੁਲਿਸ ਨੇ ਪਰਮਾਨੇ ਦਾ ਦੋ ਵਾਰ ਰਿਮਾਂਡ ਲੈ ਚੁੱਕੀ ਹੈ ਦਰਅਸਲ ਦੇ ਵਿੱਚ ਪਟਿਆਲਾ ਹਿੰਸਾ ਮਾਮਲੇ ਦੇ ਮਲਜ਼ਮਾਂ ਦਾ ਰਿਮਾਂਡ ਅੱਜ ਖਤਮ ਹੋ ਗਿਆ ਸੀ ਤੇ ਮੁੱਖ ਮਲਜ਼ਮ ਵਜੋਂ ਨਾਮਜ਼ਦ ਬਰਜਿੰਦਰ ਪ੍ਰਵਾਨਾ ਅਤੇ ਹਰੀਸ਼ ਸਿੰਘਲਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਬਰਜਿੰਦਰ ਸਿੰਘ ਪ੍ਰਵਾਨਾ ਦਾ ਦੂਜੀ ਵਾਰ ਮਿਲਿਆ ਚਾਰ ਰੋਜ਼ਾ ਪੁਲਸ ਰਿਮਾਂਡ ਅੱਜ ਖਤਮ ਹੋਇਆ ਸੀ ਅਗਲੀ ਖਬਰ ਹੈ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਵਿੱਚ ਅਸੀਸ ਮੇਸਰਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ 25 ਮਈ ਨੂੰ ਹੋਵੇਗੀ ਸੁਣਵਾਈ ਆਹ ਦੋਸਤੋ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਦੋਸ਼ੀ ਅਸੀਸ ਮਿਸਰਾ ਨੂੰ ਹਾਈ ਕੋਰਟ ਦੀ ਲਖਨਊ ਬੈਂਚ ਤੋਂ ਜ਼ਮਾਨਤ ਨਹੀਂ ਮਿਲ ਸਕੀ ਅਸੀਸ ਮਿਸਰਾ ਦੀ ਜ਼ਮਾਨਤ ਸੰਬੰਧੀ ਸੁਣਵਾਈ ਹਾਈ ਕੋਰਟ ਦੀ ਲਖਨਊ ਬੈਂਚ ਦੇ ਜਸਟਿਸ ਕ੍ਰਿਸ਼ਨਾ ਪਹਿਲਦੀ ਅਦਾਲਤ ਵਿੱਚ 25 ਮਈ ਨੂੰ ਹੋਵੇਗੀ ਅਦਾਲਤ ਵੱਲੋਂ ਸਰਕਾਰ ਨੂੰ ਇਸ ਪਟੀਸ਼ਨ ਤੇ 25 ਮਈ ਤੱਕ ਆਪਣਾ ਪੱਖ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ ਅਗਲੀ ਖਬਰ ਹੈ 21 ਤੋਂ 25 ਮਈ ਤੱਕ 31% ਜਨਰ ਟ੍ਰੇਨਾਂ ਹੋਣਗੀਆਂ ਰੱਦ 29 ਟ੍ਰੇਨਾਂ ਡਾਇਵਰਟ ਤਾਂ ਦੋਸਤੋ ਉੱਤਰੀ ਰੇਲਵੇ ਨੇ 21 ਤੋਂ 25 ਮਈ ਯਾਨੀ ਕਿ 4 ਦਿਨਾਂ ਤੱਕ ਲਗਭਗ 31 ਯਾਤਰੀ ਟ੍ਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਇਹ ਟ੍ਰੇਨਾਂ 5 ਦਿਨਾਂ ਲਈ ਪੂਰੀ ਤਰ੍ਹਾਂ ਰੱਦ ਰਹਿਣਗੀਆਂ ਇਸ ਤੋਂ ਇਲਾਵਾ 29 ਟ੍ਰੇਨਾਂ ਨੂੰ ਡਾਇਵਰਟ ਕਰਨ ਦੀ ਯੋਜਨਾ ਹੈ ਇਹਨਾਂ ਰੇਲ ਗੱਡੀਆਂ ਨੂੰ ਸਾਨੇਵਾਲ ਚੰਡੀਗੜ੍ਹ ਅਤੇ ਧੂਰੀ ਜਾਖੜ ਦੇ ਰਾਹੀਂ ਮੰਜ਼ਿਲ ਵੱਲ ਰਵਾਨਾ ਕੀਤਾ ਜਾਵੇਗਾ ਅਜਿਹੇ ਦੇ ਵਿੱਚ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਦੱਸੀਏ ਕਿ ਅੰਬਾਲਾ ਰੇਲਵੇ ਡਿਵੀਜ਼ਨ ਦੇ ਅਧੀਨ ਪੈਂਦੇ ਮੰਡੀ ਗਵਿੰਦਗੜ੍ਹ ਸਟੇਸ਼ਨ ਤੇ ਪਰੀ ਨਾਨ ਇੰਟਰਲੋਕਿੰਗ ਅਤੇ ਨਾਨ ਇੰਟਰਲੋਕਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਜੋ ਨਵੇਂ ਬਣੇ ਮਾਲ ਪਲੇਟਫਾਰਮਾਂ ਨੂੰ ਸੰਚਾਲਨ ਪੁਰਾਣੀ ਪ੍ਰਣਾਲੀ ਦੇ ਨਾਲ ਜੋੜਿਆ ਜਾ ਸਕੇ ਅਤੇ ਸਹਾਰਨਪੁਰ ਪਿਲਖਾਨੀ ਰੇਲ ਮਾਰਗ ਵੱਲ ਮਾਲ ਦੀ ਆਵਾਜਾਈ ਨੂੰ ਸੰਚਾਰੂ ਬਣਾਇਆ ਜਾ ਸਕੇ 8 ਤੋਂ 20 ਮਈ ਤੱਕ ਪਹਿਲੇ 13 ਦਿਨਾਂ ਤੱਕ ਨੌਨ ਇੰਟਰਲੋਕਿੰਗ ਤੋਂ ਪਹਿਲਾਂ ਦਾ ਕੰਮ ਕੀਤਾ ਜਾਵੇਗਾ ਜਾਣਕਾਰੀ ਦੇ ਮੁਤਾਬਕ ਪ੍ਰੀ ਨੌਨ ਇੰਟਰਲੋਕਿੰਗ ਅਤੇ ਨੌਨ ਇੰਟਰਲੋਕਿੰਗ ਦਾ ਕੰਮ 21 ਮਈ ਤੋਂ ਸ਼ੁਰੂ ਹੋਣਾ ਹੈ ਪਾਰੇ ਇਸ ਦੀਆਂ ਤਿਆਰੀਆਂ 8 ਮਈ ਤੋਂ ਸ਼ੁਰੂ ਹੋ ਗਈਆਂ ਨੇ ਇਸ ਕਾਰਨ ਰੇਲ ਗੱਡੀਆਂ ਦੀ ਰਫ਼ਤਾਰ ਰੁਕ ਗਈ ਹੈ ਅੰਬਾਲਾ ਰਾਜਪੁਰਾ ਸਰਹੰਦ ਮੰਡੀ ਗਵਿੰਦਗੜ ਖੰਨਾ ਸਾਨੇਵਾਲ ਲੁਧਿਆਣਾ ਦੇ ਨੇੜੇ ਜ਼ਿਆਦਾਤਰ ਰੇਲ ਗੱਡੀਆਂ ਨੂੰ ਬਿਨਾਂ ਕਿਸੇ ਕਾਰਨ ਰੋਕਿਆ ਜਾਂ ਹੌਲੀ ਕੀਤਾ ਜਾ ਰਿਹਾ ਇਸ ਕਾਰਨ ਯਾਤਰੀ ਪਰੇਸ਼ਾਨ ਹੋ ਰਹੇ ਨੇ ਅਗਲੀ ਖਬਰ ਹੈ ਮੋਹਾਲੀ ਦੇ ਵਿੱਚ ਇੰਟੈਲੀਜੈਂਸ ਦਫ਼ਤਰ ਦੀ ਇਮਾਰਤ ਤੇ ਡਿੱਗਿਆ ਸੱਕੀ ਰੌਕਟ ਆਈ ਜ਼ੋਰਦਾਰ ਧਮਾਕੇ ਦੀ ਆਵਾਜ਼ ਤਾ ਦੋਸਤੋ ਮਹਾਲੀ ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫ਼ਤਰ ਦੀ ਇਮਾਰਤ ਤੇ ਸੱਕੀ ਰੌਕਟ ਡਿਗਨ ਦੀ ਖਬਰ ਤੋਂ ਬਾਅਦ ਸਾਂਸਨੀ ਫੈਲ ਗਈ ਹੈ ਧਮਾਕੇ ਦੇ ਨਾਲ ਇਮਾਰਤ ਦੀਆਂ ਖਿੜਕੀਆਂ ਤੇ ਸੀਸੇ ਚੱਕਣਾ ਚੂਰ ਹੋ ਗਏ ਨੇ ਤੇ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਵੀ ਮੌਜੂਦ ਸੀ ਤੇ ਇਸ ਦੇ ਨਾਲ ਹੀ ਪੁਲਿਸ ਨੇ ਇਸ ਇਲਾਕੇ ਨੂੰ ਸੀਲ ਵੀ ਕਰ ਦਿੱਤਾ ਹੈ ਅਗਲੀ ਖਬਰ ਹੈ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਅਗਲੇ ਮਹੀਨੇ ਤੋਂ ਮਹਿੰਗਾ ਹੋ ਜਾਵੇਗਾ ਆਟਾ, ਬਿਸਕੁਟ ਅਤੇ ਰੋਟੀ ਤਾਂ ਦੋਸਤੋ ਆਮ ਆਦਮੀ ਤੇ ਮਹਿੰਗਾਈ ਦਾ ਅਸਰ ਲਗਾਤਾਰ ਵੱਧ ਰਿਹਾ ਹੈ ਗੈਸ ਸਿਲੰਡਰ ਪੈਟਰੋਲ ਡੀਜ਼ਲ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਦੇ ਵਾਧੇ ਤੋਂ ਬਾਅਦ ਜਲਦ ਹੀ ਬ੍ਰੈਡ ਬਿਸਕੁਟ ਤੇ ਆਟੇ ਦੀਆਂ ਕੀਮਤਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ ਦਰਅਸਲ ਦੇ ਵਿੱਚ ਕਣਕ ਦੇ ਭਾਅ 'ਚ ਮਹਿੰਗਾਈ ਦੀ ਮਾਰ ਹੀਟ ਆ ਰਹੇ ਨੇ ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਆਟੇ ਅਤੇ ਆਟੇ ਨਾਲ ਬਣਨ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਆਟੇ ਦੀਆਂ ਜੋ ਨਵੀਆਂ ਕੀਮਤਾਂ ਨੇ 35 ਤੋਂ 45 ਰੁਪਏ ਪ੍ਰਤੀ ਕਿਲੋ ਮਿਲਣ ਦੀ ਸੁਭਾਵਨਾ ਕਿਉਂਕਿ ਕਣਕ ਦੀ ਇਸ ਵਾਰ ਆਈ ਕਮੀ ਕਰਕੇ ਆਟੇ ਤੇ ਇਸ ਤੋਂ ਨਵੰਨ ਵਾਲੀਆਂ ਚੀਜ਼ਾਂ ਦੇ ਰੇਟਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਗਲੀ ਖਬਰ ਹੈ ਸੋਨਾ ਚਾਂਦੀ ਵੀ ਹੋਇਆ ਸਸਤਾ ਚੈੱਕ ਕਰੋ ਨਵੇਂ ਰੇਟ। ਤਾਂ ਦੋਸਤੋ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਰਾਫਟ ਦੇਖਣ ਨੂੰ ਮਿਲ ਰਹੀ ਹੈ। ਅੱਜ ਸੋਨਾ ਚਾਂਦੀ ਦੋਮੇ ਦੀਆਂ ਕੀਮਤਾਂ ਵਿੱਚ ਗਰਾਫਟ ਦੇਖਣ ਨੂੰ ਮਿਲੀ ਹੈ ਸੋਨਾ 51227 ਰੁਪਏ ਤੇ ਬੰਦ ਹੋਇਆ ਤੁਹਾਨੂੰ ਦੱਸਿਏ ਕਿ ਸੋਨੇ ਦੇ ਵਿੱਚ 43 ਰੁਪਏ ਦੀ ਗਰਾਫਟ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਚਾਂਦੀ 62 ਰੁਪਏ ਦੇ ਕੇ 62343 ਰੁਪਏ ਪ੍ਰਤੀ ਕਿਲੋਗ੍ਰam ਤੇ ਆ ਗਈ ਹੈ ਅਗਲੀ ਖਬਰ ਹੈ ਸਰਕਾਰ ਹਰ ਮਹੀਨੇ ਦੇਵੇਗੀ ਤੁਹਾਨੂੰ 5000 ਰੁਪਏ ਵਿਆਹੇ ਲੋਕਾਂ ਨੂੰ ਵੀ ਮਿਲਣਗੇ 10000 ਤਾ ਦੋਸਤੋ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਵਰਗਾਂ ਲਈ ਕਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਅਜਾਹੀ ਦੇ ਵਿੱਚ ਸਰਕਾਰ ਨੇ ਇੱਕ ਅਜਹੀ ਸਕੀਮ ਲਾਂਚ ਕੀਤੀ ਹੈ ਜਿਸ ਵਿੱਚ ਤੁਹਾਨੂੰ ਪੂਰੇ 5000 ਰੁਪਏ ਮਹੀਨੇ ਦੇ ਮਿਲਣਗੇ ਪਰ ਜੇਕਰ ਤੁਸੀਂ ਵਿਆਹੇ ਹੋ ਤਾਂ ਤੁਹਾਨੂੰ ਇਸ ਤੋਂ ਦੁੱਗਣਾ ਯਾਨੀ ਕਿ ਪੂਰੇ 10000 ਰੁਪਏ ਮਿਲਣਗੇ ਇਸ ਯੋਜਨਾ ਦਾ ਨਾਮ ਹੈ ਅਟਲ ਪੈਨਸ਼ਨ ਯੋਜਨਾ ਤੁਹਾਨੂੰ ਦੱਸਿਏ ਕਿ ਇਸ ਵਿੱਚ ਤੁਹਾਨੂੰ ਹਰ ਮਹੀਨੇ ਪੈਨਸ਼ਨ ਦੀ ਸਹੂਲਤ ਦਿੱਤੀ ਜਾਂਦੀ ਹੈ ਇਸ ਸਕੀਮ ਦੇ ਤਹਿਤ ਪਤੀ ਪਤਨੀ ਦੋਵੇਂ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਅਗਲੀ ਖਬਰ ਹੈ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੀ ਗਿਣਤੀ ਘਟੀ ਸਾਲ ਅੰਦਰ ਹੀ 51000 ਸਕੂਲਾਂ ਨੂੰ ਲੱਗਿਆ ਤਾਲਾ ਤਾਂ ਦੋਸਤੋ ਸਾਲ 2018-19 ਦੇ ਵਿੱਚ ਭਾਰਤ ਵਿੱਚ ਸਰਕਾਰੀ ਸਕੂਲਾਂ ਦੀ ਗਿਣਤੀ 'ਚ ਕਮੀ ਦੇਖਣ ਨੂੰ ਮਿਲੀ ਹੈ ਇਸ ਦੇ ਨਾਲ ਹੀ ਪ੍ਰਾਈਵੇਟ ਸਕੂਲਾਂ ਦੀ ਗਿਣਤੀ 3.6 ਫੀਸਦੀ ਵਧੀ ਹੈ ਸਕੂਲ ਸਿੱਖਿਆ ਵਿਭਾਗ ਦੀ ਇਕਾਈ ਦੀ ਰਿਪੋਰਟ ਅਨੁਸਾਰ 18-19 ਦੇ ਵਿੱਚ ਸਰਕਾਰੀ ਸਕੂਲਾਂ ਦੀ ਗਿਣਤੀ 1083678 ਸੀ 2019 ਦੇ ਵਿੱਚ ਗਿਣਤੀ ਘਟ ਕੇ 1032570 ਤੇ ਆ ਗਈ ਰਿਪੋਰਟ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 51000 108 ਸਕੂਲ ਬੰਦ ਹੋ ਚੁੱਕੇ ਨੇ ਅਗਲੀ ਖਬਰ ਹੈ ਪੰਜਾਬ ਦੇ ਵਿੱਚ ಗ್ರಾಮ ਸੇਵਕ ਦੇ ਅਹੁਦਿਆਂ ਤੇ ਨਿਕਲੀ ਭਰਤੀ 63200 ਰੁਪਏ ਤੱਕ ਮਿਲੇਗੀ ਤਨਖਾਹ ਤਾਂ ਦੋਸਤੋ ਪੰਜਾਬ ਸਵਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਨੇ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ಗ್ರಾಮ ਸੇਵਕ ਦੀਆਂ ਅਸਾਮੀਆਂ ਤੇ ਖਾਲੀ ਅਸਾਮੀਆਂ ਲਈ ਪੰਜਾਬ ਸਰਬ ਆਰਡੀਨੇਟ ਸੇਵਾ ਚੋਣ ਬੋਰਡ ਨੇ ਗ੍ਰਾਮ ਵਿਕਾਸ ਆਰਗੇਨਾਈਜ਼ਰ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ ਵੀਡੀਓ ਭਰਤੀ ਲਈ ਆਨਲਾਈਨ ਅਰਜ਼ੀਆਂ 15 ਮਈ 2022 ਤੋਂ ਸ਼ੁਰੂ ਹੋਣਗੀਆਂ ਪੀ ਟ੍ਰਿਪਲ ਐਸ ਵੀ ਵੀਡੀਓ ਭਰਤੀ 2022 ਦੇ ਸਾਰੇ ਮਹੱਤਵਪੂਰਨ ਵੇਰਵੇ ਜਿਵੇਂ ਕਿ ਨੋਟੀਫਿਕੇਸ਼ਨ ਯੋਗਤਾ ਉਮਰ ਸੀਮਾ ਤਨਖਾਹ ਆਨਲਾਈਨ ਅਰਜੀ ਅਰਜੀ ਦੀ ਫੀਸ ਇਹਨਾਂ ਦੀ ਵੈਬਸਾਈਟ ਤੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜੋ ਕਿ ਇਹਨਾਂ ਦੀ ਵੈਬਸਾਈਟ ਹੈ triplesv.punjabgovernment.in ਤੇ ਜਾ ਕੇ ਤੁਸੀਂ ਇਹਨਾਂ ਜ਼ਾਮੀਆਂ ਦੇ ਲਈ ਅਪਲਾਈ ਵੀ ਕਰ ਸਕਦੇ ਹੋ ਤੇ ਬੇਰ ਬੇਬੀ ਪੜ ਸਕਦੇ ਹੋ ਅਗਲੀ ਖਬਰ ਹੈ ਬੈਵਲ ਗੋਲੀकांड ਦੀ ਸੁਣਵਾਈ 13 ਮਈ ਤੱਕ ਮੁਲਤਵੀ ਤਾਂ ਦੋਸਤੋ ਬੈਵਲ ਗੋਲੀकांड ਦੀ ਵਧੀਕ ਸੈਸ਼ਨ ਜੱਜ ਹਰਵੰਦ ਸਿੰਘ ਲੇਖੀ ਨੇ ਜੋ ਸੁਣਵਾਈ ਹੈ 13 ਮਈ ਤੱਕ ਮੁਲਤਵੀ ਕਰ ਦਿੱਤੀ ਹੈ ਅਗਲੀ ਖਬਰ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਜ਼ਮਾਨਤ ਤੇ ਹੁਣ 11 ਨੂੰ ਹੋਵੇਗਾ ਫੈਸਲਾ ਤਾਂ ਦੋਸਤੋ ਬਰਗਾੜੀ ਵਿੱਚ ਇਤਰਾਜਯੋਗ ਪੋਸਟਰ ਲਾਉਣ ਅਤੇ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਇਤਰਾਜਯੋਗ ਭਾਸ਼ਾ ਵਰਤਨ ਦੇ ਵਿੱਚ ਥਾਣਾ ਬਾਜਾਖਾਨਾ ਵਿਖੇ ਦਰਜ ਹੋਏ ਮੁਕੱਦਮਾ ਨੰਬਰ 117 2015 ਅਤੇ ਮੁਕੱਦਮਾ ਨੰਬਰ 128 2015 ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਡੇਰਾ ਸਿਰਸਾ ਦੇ ਮੁਖੀ ਗਰਮੀਤ ਰਾਮ ਰਹੀਮ ਨੂੰ ਮਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ ਜਿਸ ਤੇ ਉਸਨੇ ਆਪਣੇ ਰਿਹਾਈ ਲਈ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਮੋਨਿਕਾ ਲਾਂਬਾ ਦੀ ਅਦਾਲਤ ਵਿੱਚ ਜ਼ਮਾਨਤ ਲਈ ਅਰਜੀ ਦਿੱਤੀ ਸੀ ਜਿਸ ਉੱਤੇ ਅਦਾਲਤ ਵੱਲੋਂ ਦੋਮਾ ਧਿਰਾਂ ਦੀ ਬਹਿਸ ਸੁਣਨ ਤੱਕ ਪ੍ਰੰਤ ਇਸ ਨੂੰ 11 ਮਈ ਤੱਕ ਮੁਲਤਵੀ ਕਰ ਦਿੱਤਾ ਹੈ ਅਗਲੀ ਖਬਰ ਹੈ ਪਟਵਾਰੀਆਂ ਤੋਂ ਬਾਅਦ ਤਹਿਸੀਲਦਾਰਾਂ ਨੇ ਵੀ ਹੜਤਾਲ ਲਈ ਵਾਪਸ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਪਟਵਾਰੀਆਂ ਤੇ ਮਾਲ ਮੰਤਰੀ ਬ੍ਰਹਮ ਸੰਕਰ ਜਿੰਪਾ ਦੀ ਹੋਈ ਮੀਟਿੰਗ ਤੋਂ ਬਾਅਦ ਪਟਵਾਰ ਯੂਨੀਅਨ ਦੇ ਆਗੂਆਂ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪਟਵਾਰੀਆਂ ਵੱਲੋਂ ਹੜਤਾਲ ਵਾਪਸ ਲੈਣ ਤੋਂ ਬਾਅਦ ਹੁਣ ਪੰਜਾਬ ਦੇ ਤਹਿਸੀਲਦਾਰਾਂ ਨੇ ਵੀ ਆਪਣੀ ਹੜਤਾਲ ਵਾਪਸ ਲੈ ਲਈ ਹੈ ਅਗਲੀ ਖਬਰ ਹੈ 10 ਜੂਨ ਤੋਂ ਬਾਅਦ ਲੱਗਿਆ ਝੋਨਾ ਸਰਕਾਰ ਨੂੰ ਨਹੀਂ ਬੋਹਣ ਦੇਾਂਗੇ ਕਿਸਾਨ ਜਥੇਬੰਦੀਆਂ ਤਾਂ ਦੋਸਤੋ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਚਾਰ ਜੋਨਾ ਚ ਬੰਡੇ ਜਾਣ ਦੇ ਕਰਕੇ ਕਿਸਾਨਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜੇਕਰ ਕਿਸਾਨ ਪੰਜਾਬ ਸਰਕਾਰ ਵੱਲੋਂ ਤੈ ਮਿਤੀ ਅਨੁਸਾਰ 26 ਜੂਨ ਤੋਂ ਲਵਾਈ ਸ਼ੁਰੂ ਕਰਦੇ ਨੇ ਤਾਂ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ 10 ਜੂਨ ਤੋਂ ਬਾਅਦ ਲੱਗੇ ਝੋਨੇ ਨੂੰ ਸਰਕਾਰ ਅਸੀਂ ਝੋਨਾ ਬੋਹਣ ਨਹੀਂ ਦਵਾਵਾਂਗੇ ਅਗਲੀ ਖਬਰ ਹੈ ਹੁਣ ਆਟਾ ਹੋਇਆ ਮਹਿੰਗਾ 12 ਸਾਲ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਜਾਣੋ ਕੀ ਨੇ ਕਾਰਨ ਤਾਂ ਦੋਸਤੋ ਮਹਿੰਗਾਈ ਦੇ ਇਸ ਦੌਰ ਵਿੱਚ ਆਟਾ ਵੀ ਮਹਿੰਗਾ ਹੋ ਗਿਆ ਐਲਪੀਜੀ ਅਤੇ ਪੈਟਰੋਲ ਡੀਜ਼ਲ ਤੋਂ ਬਾਅਦ ਹੁਣ ਆਟੇ ਦੀਆਂ ਵਾਧੀਆਂ ਕੀਮਤਾਂ ਨੇ ਮੱਧ ਵਰਗ ਦੇ ਪਰਿਵਾਰਾਂ ਦਾ ਬਜਟ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ ਦੇਸ਼ ਵਿੱਚ ਆਟਾ ਮਹੀਨਾਵਾਰ ਆਸਪਰਚੂਨ ਦੀ ਕੀਮਤ ਅਪ੍ਰੈਲ ਦੇ ਵਿੱਚ 35 ਤੋਂ 45 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਛੂ ਗਈ ਹੈ ਜੋ ਕਿ ਪਿਛਲੇ 12 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਦਰਜ ਕੀਤਾ ਗਿਆ ਹੈ ਅਗਲੀ ਖਬਰ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਹਾਬਾਜ ਸ਼ਰੀਫ ਨੇ ਇਮਰਾਨ ਖਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਤਾਂ ਦੋਸਤੋ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸਹਾਬਾਜ ਸ਼ਰੀਫ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਦੇਸ਼ ਵਿੱਚ ਘਰੇਲੂ ਜੰਗ ਸੇੜਨ ਦੀ ਸਾਜ਼ਿਸ਼ ਰਚਨਾ ਅਤੇ ਕੌਮੀ ਸੰਸਥਾਵਾਂ ਬਾਰੇ ਮਨ ਘੜ ਤੱਕ ਘੜਨ ਦੇ ਦੋਸ਼ ਲਾਉਂਦਿਆਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਅਗਲੀ ਖਬਰ ਹੈ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 52 ਪੈਸੇ ਟੁੱਟਿਆ ਸਭ ਤੋਂ ਹੇਠਲੇ ਪੱਧਰ ਤੇ 77.42 ਤੱਕ ਡਿੱਗਿਆ ਤਾਂ ਦੋਸਤੋ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤ ਦਾ ਰੁਪਇਆ ਕਮਜ਼ੋਰ ਹੋ ਗਿਆ ਜੋ ਕਿ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ ਤੁਹਾਨੂੰ ਦੱਸਿਏ ਕਿ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਲਟਕੜਾ ਗਿਆ ਕਿਉਂਕਿ ਅਮਰੀਕੀ ਡਾਲਰ ਦੀ ਕੀਮਤ 77 ਰੁਪਏ 42 ਪੈਸੇ ਹੋ ਗਈ ਹੈ ਅਗਲੀ ਖਬਰ ਹੈ ਖਾਲੀ ਸਥਾਨ ਝੰਡੇ ਲਾਉਣ ਦਾ ਮਾਮਲਾ ਹਿਮਾਚਲ ਦੀਆਂ ਸਰਹੱਦਾਂ ਤੇ ਵਧਾਈ ਗਈ ਚੌਕਸੀ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਤਾਂ ਦੋਸਤੋ ਹਿਮਾਚਲ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ ਤੇ ਚੌਕਸੀ ਵਧਾ ਦਿੱਤੀ ਹੈ ਸਾਰੀਆਂ ਅੰਤਰਰਾਜੀ ਸਰਹੱਦਾਂ ਨੂੰ ਵੀ ਸੀਲ ਕਰ ਦਿੱਤਾ ਇਸ ਦੇ ਨਾਲ ਹੀ ਨਾਕਾਬੰਦੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਬੰਬ ਨਿਰੋਧਕ ਦਸਤੇ ਤੋਂ ਇਲਾਵਾ QRT ਟੀਮਾਂ ਨੂੰ ਵੀ ਹਾਈ ਅਲਰਟ ਕਰ ਦਿੱਤਾ ਗਿਆ ਅਗਲੀ ਖਬਰ ਹੈ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸੁੱਖਾ ਦੁੰਨੇ ਕੇ ਗੈਂਗ ਦੇ ਖਤਰਨਾਕ ਗੈਂਗਸਟਰ ਕੀਤੇ ਗ੍ਰਿਫਤਾਰ ਤਾਂ ਦੋਸਤੋ ਜ਼ਿਲ੍ਹਾ ਪੁਲਿਸ ਮੁਖੀ ਧਰੂਮਨ ਐਚ ਨਿਵਾਲੇ ਆਈਪੀਐਸ ਦੇ ਦੇਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਮਾੜੇ ਅਨਸਰਾਂ ਤੇ ਗੈਂਗਸਟਰਾਂ ਖਿਲਾਫ ਵਿੱਡੀ ਮੁਹਿੰਮ ਤੇ ਭਰਮਾ ਹੰਗਾਰਾ ਮਿਲਿਆ ਤੇ ਤੁਹਾਨੂੰ ਦੱਸਿਏ ਕਿ ਪੁਲਿਸ ਦੀ ਟੀਮ ਨੇ ਸੁੱਖਾ ਦੁੰਨੇ ਕੇ ਗੈਂਗ ਨਾਲ ਸੰਬੰਧਿਤ ਦੋ ਗੈਂਗਸਟਰਾਂ ਨੂੰ ਹਥਿਆਰਾਂ ਦੇ ਸਮੇਤ ਕਾਬੂ ਕਰ ਲਿਆ ਹੈ ਅਗਲੀ ਖਬਰ ਹੈ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਲਟਕੀਆਂ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ ਬੈਕਲੌਗ ਵੱਧ ਕੇ ਹੋਇਆ 2 ਲੱਖ ਤੋਂ ਜ਼ਿਆਦਾ ਤਾਂ ਦੋਸਤੋ ਕੈਨੇਡਾ ਸਰਕਾਰ ਵਿਦੇਸ਼ੀਆਂ ਦੇ ਲਈ ਬਿਹਤਰ ਇਮੀਗ੍ਰੇਸ਼ਨ ਅਤੇ ਸਥਾਈ ਨਾਗਰਿਕਤਾ ਪ੍ਰਦਾਨ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਹਕੀਕਤ ਇਹ ਹੈ ਕਿ ਪ੍ਰਵਾਸੀਆਂ ਦੇ ਵਾਅਦੇ ਬੈਕਲੌਗ ਥਕਾਵਟ ਭਰੀ ਪ੍ਰਕਿਰਿਆ ਕਮਿਊਨੀਕੇਸ਼ਨ ਅਤੇ ਪਾਰਦਰਸ਼ਤਾ ਦੀ ਕਮੀ ਦੇ ਕਾਰਨ ਕੈਨੇਡਾ ਦੇ ਸੁਪਨੇ ਦੇਖਣ ਵਾਲਿਆਂ ਵਿੱਚ ਨਿਰਾਸ਼ਾ ਵਧ ਰਹੀ ਹੈ ਇਮੀਗ੍ਰੇਸ਼ਨ ਦੀ ਇੱਕ ਵੈਬਸਾਈਟ ਦੇ ਅਨੁਸਾਰ ਜੋ ਫਾਈਲਾਂ ਦਾ ਬੈਕਲੌਗ ਹੈ ਉਹ 20 ਲੱਖ ਤੋਂ ਵੀ ਵੱਧ ਚੁੱਕਿਆ ਹੈ ਅਗਲੀ ਖਬਰ ਹੈ ਦੇਸ਼ ਵਿੱਚ 24 ਘੰਟਿਆਂ ਦੇ ਦੌਰਾਨ ਕਰੋਨਾ ਦੇ 3207 ਨਵੇਂ ਕੇਸ ਅਤੇ 29 ਜਾਣਿਆਂ ਦੀ ਮੌਤ ਤਾਂ ਦੋਸਤੋ ਭਾਰਤ ਵਿੱਚ ਕਰੋਨਾ ਦੇ 3207 ਨਵੇਂ ਕੇਸ ਸਾਹਮਣੇ ਆਏ ਨੇ ਪਿਛਲੇ 24 ਘੰਟਿਆਂ ਵਿੱਚ 29 ਜਾਣਿਆਂ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ ਹਲੇ ਐਕਟਿਵ ਕੇਸਾਂ ਦੀ ਜੋ ਗਿਣਤੀ ਹੈ 20403 ਤੱਕ ਜਾ ਪੁੱਜੀ ਹੈ ਅਗਲੀ ਖਬਰ ਹੈ ਪੰਜਾਬ ਦੇ ਪੰਜ ਤਾਪ ਘਰਾਂ ਤੋਂ 3550 ਮੈਗਾਵਾਟ ਬਿਜਲੀ ਦਾ ਉਤਪਾਦਨ ਤਾ ਦੋਸਤੋ ਪੰਜਾਬ ਦੇ ਮਾਲਵਾ ਖੇਤਰ ਵਿੱਚ ਜਦੋਂ ਨਰਮੇ ਦੀ ਬਿਜਾਈ ਦਾ ਪੂਰਾ ਜੋਰ ਚੱਲ ਰਿਹਾ ਤਾਂ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਕਾਰਨ ਕਿਸਾਨਾਂ ਲਈ ਸਮੱਸਿਆ ਖੜੀ ਹੋਣ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਬਿਜਲੀ ਕਟਾਂ ਦੀ ਮਾਰ ਝੱਲਣੀ ਪੈ ਰਹੀ ਹੈ ਮਾਲਵਾ ਖੇਤਰ ਦੇ ਸਰਕਾਰੀ ਸਭ ਤੋਂ ਵੱਡੇ ਤਾਪਕਰ ਸ੍ਰੀ ਗੁਰੂ ਹਰगोਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹਬਤ ਦੇ 2 ਜੁਨਟ ਅੱਜ ਬੰਦ ਰਹੇ ਤੇ ਸਥਾਪਕਰ ਦੇ ਵੱਲੋਂ 920 ਮੈਗਾਵਾਟ ਦੇ ਵਿੱਚੋਂ 305 ਮੈਗਾਵਾਟ ਬਿਜਲੀ ਹੀ ਉਤਪਾਦਨ ਕੀਤੀ ਗਈ। ਇਸੇ ਤਰ੍ਹਾਂ ਮਾਨਸਾ ਦੇ ਨੇੜੇ ਬਣਾਵਾਲਾ ਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਲੰਮੇ ਸਮੇਂ ਤੋਂ ਬੰਦ ਚੱਲਿਆ ਆ ਰਿਹਾ। ਇੱਕ ਜੁਨਟ ਹਾਲੇ ਵੀ ਚਾਲੂ ਨਾ ਹੋ ਸਕਿਆ ਜਿਸ ਕਾਰਨ ਸਥਾਪਕਰ ਦੇ ਵਿੱਚੋਂ 1980 ਮੈਗਾਵਾਟ ਦੇ ਵਿੱਚੋਂ 1117 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ ਹੈ। ਪ੍ਰਾਪਤ ਬੀਰਬਿਆਂ ਦੇ ਮਤਾਬਕ ਪੰਜਾਬ ਵਿੱਚ ਸਰਕਾਰੀ ਤਾਪਕਰਾਂ ਵੱਲੋਂ ਕੁੱਲ 888 ਮੈਗਾਵਾਟ ਅਤੇ ਪ੍ਰਾਈਵੇਟ ਤਾਪਕਰਾਂ ਦੇ ਵੱਲੋਂ 2652 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ ਹੈ ਜੋ ਕਿ ਕੁੱਲ ਮਿਲਾ ਕੇ ਮਿਲਾ ਕੇ 3550 ਮੈਗਾਵਾਟ ਬਣਦੀ ਹੈ ਅਗਲੀ ਖਬਰ ਹੈ ਕਰੋਨਾ ਦੌਰਾਨ ਮਰੀਜ਼ਾਂ ਦੀ ਮਦਦ ਕਰਦਿਆਂ ਜਾਨ ਗਵਾਉਣ ਵਾਲੇ ਪੀਆਰਟੀਸੀ ਦੇ ਡਰਾਈਵਰ ਦੇ ਪਰਿਵਾਰ ਨੂੰ 50 ਲੱਖ ਰੁਪਏ ਜਾਰੀ ਕਰਨ ਦੇ ਨਿਰਦੇਸ਼ ਤਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀ ਸਰਕਾਰ ਕਾਂਗਰਸ ਦੀ ਨਖੇਦੀ ਕਰਦਿਆਂ ਉਸ ਵੇਲੇ ਕਾਂਗਰਸ ਦੀ ਸਰਕਾਰ ਦੀ ਅੰਗੋਲੀਆਂ ਕਰਦਿਆਂ ਪੀਆਰਟੀਸੀ ਦੇ ਡਰਾਈਵਰ ਮਨਜੀਤ ਸਿੰਘ ਨੂੰ ਕਰੋਨਾ ਵਾਰੀਅਸ ਨਹੀਂ ਲਾਣਿਆ ਇਸ ਡਰਾਈਵਰ ਨੇ ਕਰੋਨਾ ਸਮੇਂ ਮਹਾਰਾਸ਼ਟਰ ਵਿੱਚ ਫਸੇ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦੌਰਾਨ ਆਪਣੀ ਜਾਨ ਗਵਾ ਦਿੱਤੀ ਸੀ ਮੱਖ ਮੰਤਰੀ ਨੇ ਟਵੀਟ ਕਰਕੇ ਦੱਸਿਆ ਕਿ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ। ਅਗਲੀ ਖਬਰ ਹੈ ਪੰਜਾਬ ਪੁਲਿਸ ਦੇ ਡੀਐਸਪੀ ਐਸਐਚਓਾਂ ਦੇ 14.5 ਮੁਲਾਜ਼ਮਾਂ ਤੇ ਰਾਜਸਥਾਨ ਦੇ ਵਿੱਚ ਕੇਸ ਦਰਜ। ਤਾਂ ਦੋਸਤੋ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਉੱਤੇ ਰਾਜਸਥਾਨ ਦੇ ਵਿੱਚ ਕੇਸ ਦਰਜ ਹੋਇਆ ਹੈ। ਇਹ ਕੇਸ ਇੱਕ ਨੌਜਵਾਨ ਨੂੰ ਜ਼ਬਰਨ ਚੁੱਕਰ ਦੇ ਮਾਮਲੇ ਵਿੱਚ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਇਹਨਾਂ ਦੇ ਵਿੱਚ ਇੱਕ ਡੀਐਸਪੀ ਐਸਐਸਓ ਦੇ 14 ਮੁਲਾਜ਼ਮ ਸ਼ਾਮਲ ਨੇ ਇਹ ਮੁਲਾਜ਼ਮ ਹੁਸ਼ਿਆਰਪੁਰ ਦੇ ਨਾਲ ਸਬੰਧਤ ਨੇ ਅਗਲੀ ਖਬਰ ਹੈ ਪਟਵਾਰੀ ਦੀਦਾਰ ਸਿੰਘ ਦੇ ਵਿਰੁੱਧ ਦਰਜ ਵਿਜੀਲੈਂਸ ਕੇਸ ਦੇ ਵਿੱਚ ਜਾਂਚ ਅਧਿਕਾਰੀ ਕੀਤਾ ਜਾਵੇ ਤਬਦੀਲ ਹੜਤਾਲ ਖਤਮ ਤਾਂ ਦੋਸਤੋ ਪੰਜਾਬ ਦੇ ਮਾਲ ਮੁੜਬ ਸੇਵਾ ਤੇ ਆਪਤ ਪ੍ਰਬੰਧਨ ਮੰਤਰੀ ਬ੍ਰਹਮ ਸੰਕਰ ਸ਼ਰਮਾ ਦੀ ਰੈਵਨਿਊ ਪਟਵਾਰ ਯੂਨੀਅਨ ਅਤੇ ਪੰਜਾਬ ਦੀ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਅਤੇ ਪੰਜਾਬ ਦੇ ਵਫਤ ਨਾਲ ਮੀਟਿੰਗ ਕਰਕੇ ਚੱਲ ਰਹੀ ਹੜਤਾਲ ਤੇ ਮਾਲ ਪਟਵਾਰੀਆਂ ਨੂੰ ਹੜਤਾਲ ਬੰਦ ਕਰੋ ਖਤਮ ਕਰਵਾਈ ਪਟਵਾਰ ਯੂਨੀਅਨ ਦੇ ਆਗੂਆਂ ਨੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾਗਾ ਜਿਸ ਤੋਂ ਬਾਅਦ ਉਹਨਾਂ ਨੇ ਤੇ ਵੀ ਐਲਾਨ ਕੀਤਾ ਕਿ ਜੋ ਬਿਜੀਲੈਂਸ ਕੇਸ ਦੀ ਜਾਂਚ ਦਾ ਅਧਿਕਾਰੀ ਨੂੰ ਵੀ ਤਬਦੀਲ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਬ੍ਰਹਮ ਸੰਕਰ ਜਿੰਪਾ ਨੇ ਕਿਹਾ ਕਿ ਪਟਵਾਰੀਆਂ ਦੀ ਭਰਤੀ 1090 ਪਟਵਾਰੀਆਂ ਨੂੰ ਜਲਦੀ ਹੀ ਸਖਲਾਈ ਦੇ ਉੱਤੇ ਭੇਜਿਆ ਜਾਵੇਗਾ ਤੇ ਦੋਸਤੋ ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਜੇ ਤੁਹਾਨੂੰ ਸਾਡਾ ਇਹ ਵੀਡੀਓ ਤੇ ਜਾਣਕਾਰੀ ਵਧੀਆ ਲੱਗੀ ਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਧੰਨਵਾਦ ਪ੍ਰਮਾਤਮਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ ज्योति सम्राट पंडित तुलसीदास जी मन चाहे प्यारली ਮਾਤਾ ਪਿਤਾ ਨੂੰ ਮਨਾਉਣਾ ਪ੍ਰੇਮੀ ਪ੍ਰੇਮਿਕਾ ਪਤੀ ਪਤਨੀ ਚ ਝਗੜਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਇਮੀਗ੍ਰੇਸ਼ਨ ਮਸਲੇ ਕਰਜ਼ਾ ਮੁਕਤੀ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਪਾਓ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 9814756620